ਭਰੋਸੇ 'ਚ ਕਮੀ ਆ ਗਈ ਹੈ, ਇੱਕ ਬਿਮਾਰੀ ਬਹੁਤ ਫੈਲੀ ਹੈ, ਉਹ ਕਹਿ ਕੇ ਮੈਂ ਸਮਾਪਤੀ ਕਰਨੀ, ਉਹ ਤੋਂ ਬਚਿਓ, ਸਿੱਖਾਂ 'ਚ ਆ ਗਈ ਹੈ। ਉਹ ਪਤਾ ਕਿਹੜੀ? ਅਸੀਂ ਸਿੱਖ ਵੀ ਅਖੋਨੇ, ਬਾਣੀ ਵੀ ਪੜ੍ਹਦੇ, ਮੱਥਾ ਵੀ ਟੇਕਦੇ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਕੜਾ ਤਾਂ ਪਾ ਕੇ ਰੱਖਦਾ, ਇਹਨੂੰ ਮੈਨੂੰ ਪਤਾ ਉਹ ਸਿੱਖੀ ਨਾਲ ਪਿਆਰ ਕਰਦਾ, ਕੜਾ ਪਹਿਨੇ, ਸਿੱਖਾਂ ਦੇ ਘਰ ਜਨਮ ਲਿਆ, ਬਾਣੀ ਪੜ੍ਹਦੇ ਹੋ, ਮੱਥਾ ਟੇਕਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ। ਪਰ ਸਾਧ ਸੰਗਤ, ਸਾਨੂੰ ਇੰਨਾ ਭਰੋਸਾ ਕਕਾਰਾਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੜੇ 'ਤੇ ਨਹੀਂ, ਜਿੰਨਾ ਇੱਕ ਨਵੀਂ ਜੇ ਬਿਮਾਰੀ ਫੈਲੀ ਹੈ ਉਹ ਮੈਨੂੰ ਬੜਾ ਦੁੱਖ ਲੱਗਦਾ। ਇਸ ਲਈ ਮੈਂ ਲਾਈਵ ਉੱਤੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ, ਸਾਧ ਸੰਗਤ ਉਹ ਪਤਾ ਕੀ ਬਿਮਾਰੀ ਹੈ? ਕਾਲੇ ਜਿਹੇ ਧਾਗੇ ਲੋਕ ਪੈਰਾਂ 'ਤੇ ਬੰਨਣ ਲੱਗ ਪਏ। ਬੀਬੀਆਂ ਵੀ ਬੰਨੀ ਜਾਂਦੀਆਂ, ਬੰਦੇ ਵੀ ਬੰਨੀ ਜਾਂਦੇ, ਬੀਬੀਆਂ ਵੀ, ਲੜਕੀਆਂ ਵੀ ਕਾਲੇ ਧਾਗੇ ਪੈਰਾਂ 'ਤੇ, ਲੜਕੇ ਵੀ ਬੰਨਣ ਲੱਗ ਪਏ। ਪੁੱਛ ਕੇ ਵੇਖੋ ਕਾਹਦਾ, ਨਜ਼ਰ ਨਾ ਲੱਗ ਜਾਏ ਜੀ। ਇੱਕ ਪਰਿਵਾਰ ਅਸੀਂ ਚੰਡੀਗੜ੍ਹ ਗਏ, 10th ਵਿੱਚ ਬੱਚੀ ਪੜ੍ਹਦੀ, 10th, ਉਹਦੇ ਪੈਰ 'ਤੇ ਬੰਨਿਆ। ਮੈਂ ਵੇਖ ਲਿਆ ਅਤੇ ਮੈਂ ਉਹਨਾਂ ਨੂੰ ਘਰਦਿਆਂ ਨੂੰ ਕਿਹਾ, ਬਿਮਾਰ ਰਹਿੰਦੀ ਹੈ ਲੜਕੀ? ਕਹਿੰਦੇ ਨਹੀਂ ਭਾਈ ਸਾਹਿਬ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਇਹਦੇ ਪੈਰ 'ਤੇ ਧਾਗਾ ਬੰਨਿਆ। ਤਾਂ ਮੈਂ ਦੇਖ ਕੇ ਕਿਹਾ ਵੀ ਕਾਲਾ ਧਾਗਾ ਕਿਉਂ ਬੰਨਿਆ? ਸ਼ਾਇਦ ਬਿਮਾਰ ਰਹਿੰਦੀ ਹੋਣੀ, ਕਿਤਿਓਂ ਕੁਝ ਕੀਤਾ। ਚੁੱਪ ਜਿਹਾ ਕਰ ਗਿਆ। ਇੰਨੇ ਨੂੰ ਉਹਨਾਂ ਦਾ ਲੜਕਾ ਕੋਲ ਖੜ੍ਹਾ ਸੀ, ਉਹ ਬੋਲ ਪਿਆ, ਕਹਿੰਦਾ ਬਾਬਾ ਜੀ ਮੇਰੇ ਪੈਰ 'ਤੇ ਵੀ ਬੰਨਿਆ। BA ਫਸਟ ਈਅਰ 'ਚੋਂ ਲੜਕਾ ਪੜ੍ਹਦਾ, ਕਹਿੰਦਾ ਬਾਬਾ ਜੀ ਮੇਰੇ ਪੈਰ 'ਤੇ ਵੀ ਬੰਨਿਆ, ਮੰਮੀ ਨੇ ਲਿਆ ਕੇ ਬੰਨੇ, ਮੰਮੀ ਦੇਖੇ ਆਲਾ ਦੁਆਲਾ। ਮੈਂ ਕਿਹਾ ਭੈਣ ਜੀ ਦੱਸੋ ਕਿੱਥੋਂ ਲਿਆਂਦੇ? ਚੁੱਪ ਕਰ ਗਏ। ਕਹਿੰਦੀ ਉੱਦਾਂ ਹੀ ਬੰਨੇ ਭਾਈ ਸਾਹਿਬ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਓਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੜਾ ਪਹਿਨਣ ਵਾਲਿਓ, ਬਾਣੀ ਪੜ੍ਹਨ ਵਾਲਿਓ, ਗੁਰੂ ਘਰ ਮੱਥਾ ਟੇਕਣ ਵਾਲਿਓ, ਤੁਹਾਨੂੰ ਗੁਰੂ ਦੀ ਬਾਣੀ 'ਤੇ ਭਰੋਸਾ, ਕੜੇ 'ਤੇ ਭਰੋਸਾ ਨਹੀਂ, ਕਾਲੇ ਧਾਗੇ 'ਤੇ ਭਰੋਸਾ, ਵੀ ਨਜ਼ਰ ਹਟ ਜਾਏਗੀ। ਮੈਂ ਉਹ ਬੱਚੀ ਨੂੰ ਕੋਲ ਸੱਦਿਆ, ਮੈਂ ਕਿਹਾ ਬੇਟਾ ਤੂੰ ਪੜ੍ਹ ਕੇ ਕੀ ਬਣਨਾ? ਕਹਿੰਦੀ ਅੰਕਲ ਮੈਂ ਡਾਕਟਰ ਬਣਨਾ। ਮੈਂ ਉਹਨੂੰ ਕਿਹਾ ਪੁੱਤ ਤੈਨੂੰ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ, ਤੈਨੂੰ ਡਾਕਟਰ ਬਣਨ ਦਾ ਕੋਈ ਫਾਇਦਾ ਨਹੀਂ। ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ, ਪੁੱਤ ਤੂੰ ਡਾਕਟਰ ਬਣ ਕੇ ਕੀ ਲੈਣਾ? ਉਹ ਘਰ ਦੇ ਡਰ ਗਏ, ਕਹਿੰਦੇ ਇੱਦਾਂ ਨਾ ਕਹੋ ਭਾਈ ਸਾਹਿਬ, ਕਿਉਂਕਿ ਸਾਧ ਸੰਗਤ ਲੋਕ ਸ਼ਰਾਫ ਤੋਂ ਡਰਦੇ, ਵੀ ਸ਼ਰਾਫ ਨਾ ਕੋਈ ਦੇ ਦੇ। ਮੈਂ ਉਹਨੂੰ ਕਿਹਾ ਮੈਂ ਕੋਈ ਬਾਬਾ ਨਹੀਂ, ਮੈਂ ਸ਼ਰਾਫ ਨਹੀਂ ਦੇ ਰਿਹਾ, ਪਰ ਬੇਟਾ ਇਹ ਗੱਲ ਇਸ ਤਰ੍ਹਾਂ ਵੀ ਤੂੰ ਸਾਰੀ ਉਮਰ ਬਿਮਾਰ ਰਹਿਣਾ, ਤੈਨੂੰ ਡਾਕਟਰ ਬਣਨ ਦਾ ਫਾਇਦਾ ਨਹੀਂ। ਉਹ ਖਮੋਸ਼ ਜਿਹੇ ਹੋ ਗਏ। ਉਹ ਬੱਚੀ ਨੂੰ ਸਿਰ 'ਤੇ ਪਿਆਰ ਦੇ ਕੇ ਮੈਂ ਕਿਹਾ ਬੇਟਾ ਪਤਾ ਤੂੰ ਬਿਮਾਰ ਕਿਉਂ ਰਹਿਣਾ? ਜਿਹੜਾ ਤੇਰੇ ਪੈਰ ਵਿੱਚ ਤੇਰੀ ਮੰਮਾ ਨੇ, ਮਾਂ ਨੇ, ਮੰਮੀ ਨੇ ਧਾਗਾ ਬੰਨ ਦਿੱਤਾ, ਇਹ ਕਾਲਾ ਧਾਗਾ ਪੈਰ 'ਚ ਬੰਨਿਆ, ਇਹ ਸਾਈਕੋਲੋਜੀ ਅਫੈਕਟ ਹੈ, ਇਹਨੇ ਤੈਨੂੰ ਮਾਨਸਿਕ ਰੋਗੀ ਕਰਨਾ। ਜਿੱਦਣ ਧਾਗਾ ਕਿਤੇ ਗਲ ਕੇ ਟੁੱਟ ਗਿਆ, ਜੇ ਸਿਰ ਵੀ ਦੁਖਿਆ, ਤੂੰ ਕਹਿਣਾ ਹਾਏ ਉੱਦਣ ਦਾ ਸਿਰੇ ਦੁਖੀ ਜਾਂਦਾ ਜਿੱਦਣ ਦਾ ਧਾਗਾ ਟੁੱਟਿਆ? ਤੂੰ ਤਾਂ ਖੁਦ ਬਿਮਾਰ ਰਹਿਣਾ। ਮੰਨ ਲਾ ਤੂੰ ਡਾਕਟਰ ਬਣ ਗਈ, ਸਟਿਚਰ ਉੱਤੇ ਉਹ ਪੇਸ਼ੈਂਟ ਆ ਗਿਆ, ਉਹਦਾ ਇਲਾਜ ਕਰਨ, ਕਿਤੇ ਤੇਰਾ ਧਿਆਨ ਪੈ ਗਿਆ ਪੈਰ ਵੱਲ, ਮੇਰਾ ਧਾਗਾ ਪਤਾ ਨਹੀਂ ਕਿੱਥੇ ਡਿੱਗ ਪਿਆ, ਤੂੰ ਤਾਂ ਖੁਦ ਬਿਮਾਰ ਹੋ ਜਾਣਾ, ਰੋਗੀ ਦਾ ਕੀ ਇਲਾਜ ਕਰੇਂਗੀ? ਬੇਟਾ ਇਹ ਧਾਗਾ ਬੰਨਿਆ ਮਾਨਸਿਕ ਰੋਗ ਹੈ, ਸਾਈਕੋਲੋਜੀ ਇਫੈਕਟ ਹੈ, ਇਹਨੇ ਤੈਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਰਨਾ। 10th ਵਿੱਚ ਬੱਚੀ ਪੜ੍ਹਦੀ ਜੀ, 10th 'ਚ ਬੜੀ ਇੰਟੈਲੀਜੈਂਟ ਬੱਚੀ ਨਿਕਲੀ, ਉਹਨੂੰ ਇੱਕਦਮ ਗੱਲ ਸਮਝ ਪੈ ਗਈ। ਉਸੇ ਵਕਤ ਤੋਂ ਬੱਚੀ ਭੱਜ ਕੇ ਕਿਚਨ 'ਚ ਗਈ, ਉਹਨੇ ਰਸੋਈ 'ਚੋਂ ਛੋਟੀ ਜਿਹੀ ਕੈਂਚੀ ਲਿਆਂਦੀ, ਨਾਲ ਦੀ ਨਾਲ ਉਹਨੇ ਆਪਣੇ ਪੈਰ ਦਾ ਧਾਗਾ ਵੀ ਵੱਢਿਆ, ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢ ਦਿੱਤਾ। ਤੁਹਾਨੂੰ ਬੇਨਤੀ ਹੈ ਸਾਧ ਸੰਗਤ, ਹੱਥ ਜੋੜ ਕੇ ਜਿੰਨੇ ਸੁਣ ਰਹੇ ਹੋ, ਜਿਨ੍ਹਾਂ ਨੇ ਕਾਲੇ ਧਾਗੇ ਪੈਰਾਂ 'ਤੇ ਬੰਨੇ ਆ ਜਾਂ ਆਪਣੇ ਬੱਚਿਆਂ 'ਤੇ ਬੰਨੇ, ਕਿਰਪਾ ਕਰਕੇ ਵੱਢ ਦਿਓ, ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਕਿਉਂ ਇੱਥੇ ਕੈਂਚੀ ਨਹੀਂ ਮਿਲਣੀ, ਵੱਢਣੇ ਪੈਣੇ ਇਹ ਧਾਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਕੜਾ ਪਹਿਨੋ, ਔਰ ਕਲਗੀਧਰ ਪਾਤਸ਼ਾਹ ਦੇ ਕਕਾਰ ਪਹਿਨ ਕੇ ਬਾਣੀ ਪੜ੍ਹੋ, ਕਿਸੇ ਵਹਿਮ ਭਰਮ 'ਚ ਪੈਣ ਦੀ ਲੋੜ ਨਹੀਂ। ਇਹ ਕਾਲਿਆਂ ਧਾਗਿਆਂ ਨੇ ਸਾਨੂੰ ਡੋਬ ਦੇਣਾ, ਇਹਨੂੰ ਫੈਸ਼ਨ ਪ੍ਰਸਤ ਨਾ ਕਰੋ। ਹੱਥ ਜੋੜ ਕੇ ਬੇਨਤੀ, ਆਪਣੇ ਬੱਚਿਆਂ ਦੇ ਪੈਰਾਂ 'ਚ ਧਾਗੇ ਨਾ ਪਾਓ, ਜਿਨ੍ਹਾਂ ਨੇ ਪਾਏ ਨੇ। ਵੇਖੋ ਗੱਲ ਹੱਸਣ ਦੀ ਨਹੀਂ ਹੈ, ਪਰ ਇਹ ਵੱਢ ਦਿਓ ਜ਼ਰੂਰ, ਤੁਹਾਨੂੰ ਬੇਨਤੀ ਹੈ। ਗੁਰੂ ਦੇ ਕਕਾਰ ਪਹਿਨੋ, ਬਾਣੀ ਪੜ੍ਹੋ, ਫਿਰ ਗੁਰਪੁਰਬ ਮਨਾਏ ਸਫਲ ਨੇ। ਆਓ ਆਪਣੇ ਗੁਰੂ ਦੇ ਪਿਆਰ ਵਿੱਚ ਕਹੀਏ।